ने बयान दिता जिवें सरदारां नूं चक लो सिखां नूं ऐ कर दो हना। जे मान लो एक बंदा भी बेवकूफ उन्हां दे कहे ते चल पैंदा, एक ने हत्ते ते वार हो जांदा तां कम्म पंजाब च दुबारे 84 वाला शुरू हो जाणा सी। क्या हरिमंदर साहिब वाला कम्म ना करा लिओ, इह किहनूं कहि रहे ने? बिल्कुल एड्डी गल कहिण दा मतलब इन्नी औकात हैगी उहदी? उह बंदे घंटे बाद उह ਉਹ ਹੋ ਜਾਂਦੇ ਨੇ ਸੌਰੀ ਮੰਗਦੇ ਨੰਬਰ ਤੇ ਫੋਨ ਰਿਕਾਰਡਿੰਗ ਪਈ ਆ ਜਿਹੜੇ ਅਮਿਤ ਅਰੋੜਾ ਦੀ ਸਿਕਿਉਰਿਟੀ ਚ ਹੁਣ ਵੀ ਨੇ। ਅੱਛਾ ਉਹ ਫੋਨ ਮੁੰਡੇ ਕਰਦੇ ਨੇ, ਇੰਨੇ ਕੁ ਦੁਖੀ ਨੇ ਯਾਰ, ਕਹਿੰਦੇ ਕਦੇ ਕੀ ਕਰਾਉਣ ਭੇਜਦਾ, ਘਰ ਦੇ ਕੰਮ ਕਰਾਉਂਦੇ ਨੇ ਜੀ ਉਹਨਾਂ। ਇੱਕ ਵੀ ਕੇਸ ਨਹੀਂ ਪੂਰੇ ਪੰਜਾਬ ਇੰਡੀਆ ਚ ਸੰਤਾਂ ਦੇ ਖਿਲਾਫ। ਸਤਿ ਸ਼੍ਰੀ ਅਕਾਲ ਜੀ, ਅੱਜ ਹਨੀ ਸੇਠੀ ਵੀਰੇ ਕੋਲ ਆਇਆ ਪੈੜ। ਤੁਸੀਂ ਵੀਰਾ ਦੇਖਿਆ ਹੋਣਾ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਜੋ ਪੰਜਾਬ ਦੇ ਲਈ ਬਹੁਤ ਸਾਰੇ ਇੱਦਾਂ ਦੇ ਮੁੱਦੇ ਨੇ ਜਿਹੜਾ ਵੀਰ ਸਮੇਂ ਸਮੇਂ 'ਤੇ ਚੱਕਦਾ ਰਹਿੰਦਾ, ਵੀਰ ਨਾਲ ਗੱਲਬਾਤ ਕਰਾਂਗੇ। ਅਤੇ ਆਪਾਂ ਅਕਸਰ ਦੇਖਦੇ ਹਾਂ ਵੀ ਇੱਕ ਵੀਰ ਇੱਕ ਦੁਕਾਨ ਕਰਦਾ, ਇੱਕ ਸ਼ੂਜ਼ ਦੀ ਦੁਕਾਨ ਹੈ, ਇੱਕ ਦੁਕਾਨਦਾਰ ਹੁੰਦਾ ਉਹ ਉਹਨੂੰ ਰਹਿੰਦਾ ਵੀ ਹਰ ਇੱਕ ਬੰਦੇ ਨਾਲ ਬਣਾ ਕੇ ਰੱਖੀਏ, ਹੈ ਨਾ। ਪਰ ਕਿਸੇ ਕਿਸੇ ਬੰਦੇ ਦਾ ਨਾ ਜਿਹੜਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ, ਜਦੋਂ ਕੋਈ ਗਲਤ ਹੁੰਦਾ ਦੇਖਦਾ ਤਾਂ ਉਹਦੇ ਵਿਰੁੱਧ ਬੋਲਦਾ ਹੀ ਬੋਲਦਾ। ਬਾਈ ਹੁਣ ਪਿਛਲੇ ਬਹੁਤ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਨੇ, ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਭਾਈ ਉਹਨਾਂ ਨਾਲ ਜੁੜੇ ਹੋਏ ਹਾਂ, ਹੈ ਨਾ। ਅਤੇ ਹੁਣ ਕਾਫੀ ਮੁੱਦਿਆਂ ਨੇ ਡਿਸਕਸ ਕਰਾਂਗੇ, ਵੀਡੀਓ 'ਚ ਸਾਰੀ ਜ਼ਰੂਰ ਦੇਖਿਓ ਅਤੇ ਸ਼ੇਅਰ ਜ਼ਰੂਰ ਕਰਿਓ। ਸਭ ਤੋਂ ਪਹਿਲਾਂ ਵੀਰੇ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਆ ਕਾਫੀ ਜ਼ਿਆਦਾ, ਹੈ ਨਾ। ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿੰਦਾ ਅੱਜ ਆਪਾਂ ਇਹਦੇ ਵਿੱਚ ਵੀ ਹੁਣ ਪੱਖ ਰੱਖੀਏ ਵੀ, ਹੈ ਨਾ, ਵੀ ਉਹ ਕਿਹੜੇ ਇਨਸਾਨ ਨੇ ਜਿਹੜੇ ਪੰਜਾਬ ਦਾ ਮਾਹੌਲ, ਕੁਛ ਚੰਦ ਲੋਕ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤੁਹਾਡੀ ਵੀਡੀਓ ਦੇਖਦੇ ਨੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦੂਜੀ ਗੱਲ ਮੈਂ ਇਹ ਕਹਿਣਾ, ਜਿਹੜੇ ਚੰਦ ਲੋਕ ਆ ਉਹ ਇਹ ਨਹੀਂ ਦੇਖਦੇ ਵੀ ਸਾਡੇ ਛੋਟੇ ਜਿਹੇ ਐਕਸ਼ਨ ਨਾਲ ਮਤਲਬ ਪੁਆੜਾ ਕਿੰਨਾ ਪਊਗਾ, ਉਹ ਸਿਰਫ ਇਹ ਸੋਚਦੇ ਵੀ ਸਾਨੂੰ ਸਿਕਿਉਰਿਟੀ ਕਿਵੇਂ ਮਿਲੂਗੀ, ਸਾਡੀ ਹਾਈਪ ਕਿਵੇਂ ਕ੍ਰੀਏਟ ਹੋਊਗੀ। ਉਹ ਇਹ ਨਹੀਂ ਸੋਚਦੇ ਜਿਹੜੇ 2-4% ਹੈਗੇ ਨੇ ਵੀ ਸਾਡਾ ਕੰਮ ਕਰਿਆ ਹੋਇਆ ਜਾਣਾ ਕਿੱਥੇ ਤੱਕ ਹੈ, ਠੀਕ ਹੈ। ਮੈਂ ਉਦਣ ਵੀ ਇਹੀ ਗੱਲ ਕਹਿੰਦਾ ਸੀ, ਸੂਰੀ ਨੂੰ ਤਾਂ ਮਾਰਤਾ, ਸੂਰੀ ਤੋਂ ਮਾਰਨ ਤੋਂ ਬਾਅਦ ਜਿਹੜਾ ਉਹਦੇ ਬੇਟੇ ਨੇ ਬਿਆਨ ਦਿੱਤਾ ਜਿਵੇਂ ਸਰਦਾਰਾਂ ਨੂੰ ਚੱਕ ਲਓ ਸਿੱਖਾਂ ਨੂੰ ਐਂ ਕਰ ਦਿਓ, ਹੈ ਨਾ। ਜੇ ਮੰਨ ਲਓ ਇੱਕ ਬੰਦਾ ਵੀ ਬੇਵਕੂਫ ਉਹਨਾਂ ਦੇ ਕਹੇ ਤੇ ਚੱਲ ਪੈਂਦਾ, ਇੱਕ ਨੇ ਹੱਤੇ ਤੇ ਵਾਰ ਹੋ ਜਾਂਦਾ ਤਾਂ ਕੰਮ ਪੰਜਾਬ 'ਚ ਦੁਬਾਰੇ 84 ਵਾਲਾ ਸ਼ੁਰੂ ਹੋ ਜਾਣਾ ਸੀ ਅਤੇ ਉਹ ਫਿਰ ਮੁੱਕਣਾ ਨਹੀਂ ਸੀ ਕਦੇ। ਦੂਜਾ ਸਵਾਲ ਤੁਸੀਂ ਮੈਨੂੰ ਇਹ ਪੁੱਛਿਆ ਦੁਕਾਨਦਾਰਾਂ ਵਾਲਾ, ਦੁਕਾਨਦਾਰ ਕਦੀ, ਪਹਿਲਾ ਕੁਐਸਚਨ ਜਿਹੜਾ ਤੁਸੀਂ ਮੈਨੂੰ ਪੁੱਛਿਆ ਮੇਰੇ ਮਨ 'ਚ ਆ, ਮੈਨੂੰ ਸਾਰੇ ਐਵੇਂ ਕਹਿੰਦੇ ਆ ਜਦ ਧਰਨਾ ਚੱਲਦਾ ਸੀ ਨਾ, ਮੈਂ ਨਹੀਂ ਕਹਿੰਦਾ ਵੀ ਕੋਈ ਦੁਕਾਨਦਾਰ ਮਾੜਾ ਜਾਂ ਕੁਛ, ਹਰੇਕ ਦੀ ਆਪਣੀ ਆਪਣੀ ਸੋਚ ਆ। ਮੇਰਾ ਤੁਹਾਡੇ ਵਰਗੇ ਭਰਾਵਾਂ ਨਾਲ ਜੱਟਾਂ ਨਾਲ ਬਹੁਤ ਵਾਹ ਵਾਸਤਾ ਅਤੇ ਮੈਂ ਉਹ ਚੀਜ਼ ਦੀ ਕਦਰ ਕਰਦਾ। ਮੈਂ ਸੋਚਦਾ ਵੀ ਜੇ ਤੁਹਾਡੇ ਸਿਰ ਤੇ ਖਾਂਦੇ ਆ ਤਾਂ ਉਹਨੂੰ ਪੇ ਬੈਕ ਵੀ ਕਰਨਾ ਚਾਹੀਦਾ, ਠੀਕ ਆ। ਉਹਦੇ ਲਈ ਮੇਰਾ ਸਰਕਲ ਬਹੁਤ ਵੱਡਾ, ਮੇਰਾ ਪੂਰੇ ਪੰਜਾਬ 'ਚ ਇਸ ਟਾਈਮ ਸਰਕਲ ਹੈਗਾ ਵਾਹਿਗੁਰੂ ਦੀ ਕਿਰਪਾ ਨਾਲ, ਠੀਕ ਆ। ਕਹਿਣ ਦਾ ਭਾਵ ਇਹ ਹੈ ਵੀ ਜੇ ਆਪਾਂ ਖਾਣਾ ਤਾਂ ਉਹਨਾਂ ਨਾਲ, ਰਹਿਣਾ ਤਾਂ ਉਹਨਾਂ ਨਾਲ, ਜਿੱਦਣ ਕੋਈ ਕੰਮ ਪੈ ਗਿਆ ਫਿਰ ਆਪਾਂ ਪਿੱਛੇ ਹਟ ਜਾਣਾ, ਫਿਰ ਤਾਂ ਗਦਾਰਾਂ ਵਾਲਾ ਕੰਮ ਹੈ ਨਾ ਯਾਰ। ਦੁਕਾਨਦਾਰੀ ਆਪਣੀ ਉਹਨਾਂ ਦੇ ਸਿਰ ਤੇ ਚੱਲਦੀ ਹੈ, ਸਾਰਿਆਂ ਦੀ ਚੱਲਦੀ ਹੈ। ਪਰ ਮੈਂ ਇਹ ਮੰਨਦਾ ਵੀ ਜੇ ਮੈਂ ਉਹਨਾਂ ਦੇ ਸਿਰ ਤੇ ਖਾਂਦਾ ਜਾਂ ਮੇਰਾ ਐਡਾ ਸਰਕਲ ਆ ਜਾਂ ਮੈਂ ਐਡੀਆਂ ਵੱਡੀਆਂ ਗੱਲਾਂ ਕਰਦਾ, ਇੱਕ ਬੰਦਾ ਐਡੀਆਂ ਐਡੀਆਂ ਗੱਲਾਂ ਕਰਦਾ। ਹੁਣ ਬੀਜੇਪੀ ਦੀ ਵੀਡੀਓ 'ਚ 35 ਬੰਦੇ ਸੀ, ਅਸੀਂ 2 ਜਾਣੇ ਸੀਗੇ, ਠੀਕ ਹੈ। ਹਰੇਕ ਨੂੰ ਡਰ ਹੁੰਦਾ, ਸ਼ੀਸ਼ੇ ਭੰਨ ਦੇਣੇ, ਐਂ ਕਰ ਦੇਣਗੇ, ਕੋਈ ਹੌਸਲਾ ਬੋਲਦਾ ਸੀ ਪਿੱਛੋਂ। ਬਸ ਉਹ ਚੱਕਰ ਹੈ ਵੀ ਮੇਰਾ ਪਿਆਰੇ ਬਹੁਤ ਆ, ਮੇਰੀ ਜ਼ਮੀਰ ਇਜਾਜ਼ਤ ਦਿੰਦੀ ਹੈ ਵੀ ਜੇ ਸੱਚ ਦਿਲ ਚਾਹੁੰਦਾ ਕਹਿ ਦੇ। ਹੁਣ ਉਹ ਵੀਡੀਓ ਆਪਣੀ ਸ਼ਿਵ ਸੈਨਾ ਵਾਲੀ ਅਮਿਤ ਅਰੋੜੇ ਵਾਲੀ 11 ਲੱਖ ਚੱਲੀ ਹੈ, ਛੋਟਾ ਜਿਹਾ ਮੇਰਾ ਪੇਜ ਹੈ, ਹਨਾ। 11 ਲੱਖ ਚੱਲਣ ਦਾ ਮਤਲਬ ਇੰਨੇ ਕੁ ਫੋਨ ਆਏ ਨਾ ਵੀਰੇ, ਇੰਨੇ ਕੁ ਫੋਨ ਆਏ, ਰੁਕੀ ਲੋਏ ਵੀ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨੇ। ਉਹ ਗੱਲ ਸਾਰੇ ਐਂ ਕਹਿੰਦੇ ਸੀ ਜੋ ਸਾਡੇ ਦਿਲ 'ਚ ਆ ਉਹ ਤੂੰ ਕਹਿਤਾ, ਇਹੀ ਸੱਚ ਸੀ ਬਸ। ਬਿਲਕੁਲ, ਉਹ ਬਹੁਤ ਸਾਰੇ ਲੋਕ ਹੁੰਦੇ ਜਦੋਂ ਕਿਹਾ ਨਹੀਂ ਜਾਂਦਾ, ਹੈ ਨਾ, ਪਰ ਦਿਲ 'ਚ ਬਹੁਤ ਦੇ ਹੁੰਦਾ। ਅਤੇ ਇੱਕ ਤੁਸੀਂ ਦੇਖਿਆ, ਤੁਸੀਂ ਹੁਣ ਗੱਲ ਕੀਤੀ ਆ ਵੀ ਉਹਦੇ ਭਾਈ ਵੱਲੋਂ ਜਾਂ ਉਹਦੇ ਸਪੋਰਟਰ ਸੀ ਜਿਹੜੇ ਸੂਰੀ ਦੇ ਵੱਲੋਂ ਬਿਆਨ ਆਏ ਵੀ ਅਸੀਂ ਐਂ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਹੈ ਨਾ। ਇੱਕ ਤੁਸੀਂ ਬੰਦੇ ਨੇ ਹੋਰ ਬਿਆਨ ਦਿੱਤਾ, ਕਹਿੰਦਾ ਤੁਸੀਂ ਪਹਿਲਾਂ ਵਾਲਾ ਹਰਿਮੰਦਰ ਸਾਹਿਬ 'ਤੇ ਅਟੈਕ ਨਾ ਕਰਾ ਲਿਓ, ਦੇਖੋ ਕਿੱਥੋਂ ਕਿੱਥੋਂ ਗੱਲ ਕਿੱਥੇ ਪਹੁੰਚ ਜਾਂਦੀ ਆ। ਉਦਣ ਤਾਂ ਉਹਦੀ ਗੱਲ ਕਿਸੇ ਨੇ ਕੈਚ ਨਹੀਂ ਕਰੀ, 8-10 ਦਿਨ ਲੰਘ ਗਏ, ਸਾਰਿਆਂ ਨੇ ਦੇਖਿਆ, ਹੈ ਨਾ, ਵੀ ਉਹ ਚੀਜ਼ ਕਹਿੰਦੇ ਆ ਵੀ, ਕਹਿਣ ਦਾ ਮਤਲਬ ਵੀ ਉਹਨਾਂ ਨੇ ਕਿਹਾ ਹਰਿਮੰਦਰ ਸਾਹਿਬ ਵਾਲਾ ਕੰਮ ਨਾ ਕਰਾ ਲਿਓ, ਇਹ ਕਿਹਨੂੰ ਕਹਿ ਰਹੇ ਨੇ? ਐਡੀ ਗੱਲ ਕਹਿਣ ਦਾ ਮਤਲਬ ਇੰਨੀ ਔਕਾਤ ਹੈਗੀ ਉਹਦੀ, ਉਹ ਬੰਦੇ ਦੀ ਕਹਿਣ ਦੀ? ਮੁੜ ਕੇ ਘੰਟੇ ਬਾਅਦ ਉਹ ਹੋ ਜਾਂਦੇ ਨੇ, ਸੌਰੀ ਮੰਗ ਲਓ, ਮਾਫੀ ਮੰਗ ਲਓ, ਹਨਾ। ਫਿਰ ਤਾਂ ਲੋਕਾਂ ਨੇ ਧਰਨੇ ਲਾਉਣੇ ਨੇ, ਜਾਇਜ਼ ਬਣਦਾ ਕੰਮ। ਪਰ ਕਹਿਣ ਦਾ ਮਤਲਬ ਵੀ ਆਪਣੇ ਮੂੰਹ 'ਚੋਂ ਕਹਿਣ ਨੂੰ ਸ਼ਬਦ ਪਹਿਲਾਂ ਸੋਚੋ ਵੀ ਗੱਲ ਜਾਊ ਕਿੱਥੇ ਤੱਕ। ਤੁਸੀਂ ਸਾਡੇ ਇਸ਼ਟ ਨੂੰ ਟਾਰਗੇਟ ਕਰ ਰਹੇ ਹੋ ਤਾਂ ਫਿਰ ਅਸੀਂ ਤੁਹਾਡੇ ਬਾਰੇ ਕਿਵੇਂ ਪੋਜ਼ਿਟਿਵਿਟੀ ਲੈ ਜਾਵਾਂਗੇ? ਸਾਰਾ ਹਿੰਦੂ ਧਰਮ ਇਹਨਾਂ ਨੂੰ, ਕਿਸੇ ਨੇ ਅਥਾਰਟੀ ਦਿੱਤੀ ਹੈ? ਕਿਸੇ ਨੇ ਇਹਨਾਂ ਨੂੰ ਅਥਾਰਟੀ ਨਹੀਂ ਦਿੱਤੀ ਵੀ ਤੁਸੀਂ ਸਾਡੇ ਲੀਡਰ ਬਣੋ, ਠੀਕ ਹੈ। ਆਪੋ ਮਹਾਰੇ ਬਣੇ ਲੀਡਰ ਨੇ, ਠੀਕ ਹੈ। ਉਦਣ ਪੱਤਰਕਾਰ ਸਾਹਿਬ ਨੂੰ ਮਿਲੇ ਸੀ ਪਰਸੋਂ, ਜਿਹਨੇ ਉਹਨਾਂ ਨੇ ਪਾਇਆ ਸੀ ਕੁੱਤੇ ਵਾਲਾ ਖਜਲਾ, ਨਹੀਂ ਪਾਇਆ ਸੀਗਾ। ਮੈਂ ਉਹਨੂੰ ਪੁੱਛਿਆ, ਮੈਂ ਬਾਈ ਤੇਰੇ ਦਿਮਾਗ 'ਚ ਕਿਵੇਂ ਆਇਆ? ਕਹਿੰਦਾ ਬਸ ਕਿਸੇ ਨੇ ਕਿੱਥੋਂ ਕੱਢ ਲਿਆ ਸੀ, ਅਸੀਂ ਬੈਠੇ ਸੀ, ਬਹੁਤ ਵਧੀਆ ਸੁਭਾਅ ਸੀ ਬੰਦੇ ਦਾ। ਕਹਿੰਦਾ ਯਾਰ, ਕਹਿੰਦਾ ਮੈਨੂੰ ਕਿਸੇ ਨੇ ਕਮੈਂਟ ਦਿੱਤਾ ਤਾਂ ਕੁੱਤੇ ਵਾਂਗੂ ਭੌਂਕਦਾ, ਕਹਿੰਦਾ ਮੇਰੇ ਉੱਥੇ ਆਈਡੀਆ। ਅਗਲੀ ਗੱਲ ਦੱਸਦਾ ਮੈਂ ਕੀ ਕਹਿਣਾ ਚਾਹੁੰਦਾ, ਮੈਂ ਕਿਹਾ ਫੇਰ ਲੈਣ ਕਿਵੇਂ? ਕਹਿੰਦਾ ਮੈਂ ਲੈਣ ਗਿਆ ਜਿੱਥੇ ਬੰਦੇ ਵੇਚਦੇ ਸੀ, ਉਹਨੂੰ ਮੈਂ ਪੁੱਛਿਆ ਵੀ ਐਂ ਕਰਕੇ ਨਾ ਉਹ ਲੈਣਾ, ਖਜਲਾ ਲੈਣਾ, ਕਹਿੰਦਾ ਉਹ ਸ਼ੁਕਲੀ ਲੈਣੀ, ਕਹਿੰਦਾ ਕਿੱਡਾ ਕੁ ਜਾਨਵਰ ਸੀ? ਕਹਿੰਦਾ ਜਾਨਵਰ ਤਾਂ ਬਹੁਤ ਵੱਡਾ ਜਿਹਨੇ ਸਾਰੇ ਪੰਜਾਬ ਨੂੰ ਤੰਗ ਕਰਿਆ ਹੋਇਆ। ਮੈਂ ਕਹਿੰਦਾ 2 ਮਿੰਟ ਦੱਸਦੇ ਰਹੇ ਅਸੀਂ ਗੱਲ ਸੁਣ ਕੇ। ਉਹੀ ਕਹਿੰਦਾ ਵੀ ਆਪਣੀ ਥੋੜ੍ਹੀ ਜਿਹੀ ਸਿਕਿਉਰਿਟੀ
ਇਹਨਾਂ ਨੇ ਖਰੜ ਇਹਦਾ ਮੁੰਡਾ ਇਹਨੂੰ ਨੀ ਬੁਲਾਉਂਦਾ ਅਮਿਤ ਅਰੋੜੇ ਦਾ ਸ਼ਿਵ ਸੈਨਾ ਵਾਲੇ ਦਾ ਘਰ ਵਾਲੀ ਇਹਨੂੰ ਨੀ ਬੁਲਾਉਂਦੀ ਇਹ ਕਿਸੇ ਬਾਹਰ ਦੀ ਨਾਲ ਤਾਜਪੁਰ ਰੋਡ ਤੇ ਰਹਿੰਦਾ ਕਿੱਡਾ ਕੁ ਕਿਰਦਾਰ ਆ ਦੱਸੋ ਜੇ ਹੁਣ ਭਾਜੀ ਆਪਾਂ ਆਪਣੇ ਘਰਦਿਆਂ ਨਾਲ ਹੀ ਨੀ ਸੈੱਟ ਤੇ ਫਿਰ ਆਪਾਂ ਕੀ ਕਰਾਂਗੇ ਬਾਈ ਮੈਂ ਤੁਹਾਡੇ ਨਾਲ ਇੱਕ ਸਵਾਲ ਲੈਣਾ ਤੁਸੀਂ ਪੈਲ ਹਲਕਾ ਹਨਾ ਤੁਸੀਂ ਸਾਰੇ ਤੁਹਾਡੇ ਨਾਲ ਤਕਰੀਬਨ ਜ਼ਿਮੀਂਦਾਰ ਤਾਂ ਭਰਾ ਹੈ ਉਹ ਨਹੀਂ ਤਕਰੀਬਨ ਸ਼ਹਿਰ ਦੇ ਲੋਕ ਨੇ ਜਾਂ ਹਿੰਦੂ ਮਤਲਬ ਕੈਟਾਗਰੀ ਦੇ ਨਾਲ ਸੰਬੰਧਿਤ ਨੇ ਸਾਰੇ ਦੁਕਾਨਦਾਰ ਨੇ ਹਨਾ ਤੁਹਾਡੇ ਕੋਲ ਸਾਡੇ ਕੋਲ ਹਰ ਇੱਕ ਬੰਦਾ ਆਉਂਦਾ ਤੁਹਾਡੇ ਕੋਲ ਪਿੰਡਾਂ ਤੋਂ ਸ਼ਹਿਰਾਂ ਤੋਂ ਹਰ ਇੱਕ ਮਤਲਬ ਕਹਿ ਨਹੀਂ ਸਕਦੇ ਚਲੋ ਹਨਾ ਹਰ ਇੱਕ ਪੱਖ ਦਾ ਬੰਦਾ ਆਉਂਦਾ ਕੀ ਲੱਗਦਾ ਕਦੇ ਉਹਨਾਂ ਨੇ ਗੱਲ ਕੀਤੀ ਹੋਵੇ ਵੀ ਅਸੀਂ ਇਹਨੂੰ ਮੰਨਦੇ ਹਾਂ ਇਹਨਾਂ ਦੇ ਵਿਚਾਰਧਾਰਾ ਜੋ ਸ਼ਿਵ ਸੈਨਾ ਦੇ ਜਿਹੜੇ ਸੂਰੀ ਜਾਂ ਤੁਸੀਂ ਕਹਿੰਦੇ ਹੋ ਅਮਿਤ ਅਰੋੜਾ ਵੀ ਇਹਨਾਂ ਦੀ ਗੱਲਾਂ ਬਾਤਾਂ ਅਸੀਂ ਮੰਨਦੇ ਹਾਂ ਉਹਨਾਂ ਨੂੰ ਕੁਛ ਤੁਹਾਡੇ ਆਉਂਦਾ ਬਣ ਵੀ ਐਂ ਨਾ ਬੋਲਿਆ ਤੈਨੂੰ ਕਦੇ ਕਿਹਾ ਜੀ ਗੱਲ ਆਈ ਹੈ ਕਦੇ ਸਾਹਮਣੇ ਤੁਸੀਂ ਮੰਨੋਗੇ ਆਪਾਂ ਕਾਲ ਡਿਟੇਲ ਕਢਾ ਲਈਏ ਜੇ ਆਪਣੇ ਫੋਨ ਦੀ ਕਹਿਣ ਦਾ ਮਤਲਬ ਅੱਜ ਤੋਂ 5 ਦਿਨ ਬਾਅਦ 5 ਬਾਈ ਮਾੜਾ ਇਹ ਦੇਖੀ 5 ਦਿਨ ਕਹਿਣ ਦਾ ਮਤਲਬ 5 ਦਿਨਾਂ ਵਿੱਚ ਘੱਟੋ ਘੱਟ 700 ਤੋਂ 800 ਕਾਲ ਆਈ ਹੋਣੀ ਹੈ ਜਿਹਦੇ ਚ 90% ਹਿੰਦੂ ਬੰਦਿਆਂ ਦੇ ਫੋਨ ਆਏ ਸੀ ਔਰ ਉਹਨਾਂ ਨੇ ਸਾਰਿਆਂ ਨੇ ਇਹੀ ਗੱਲ ਕਹੀ ਆ ਵੀ ਅਸੀਂ ਆਪ ਘਰਾਂ ਜਿਹਨਾਂ ਦਾ ਵਿਰੋਧ ਕਰਦੇ ਹਾਂ ਯਾਰ ਇਹਨਾਂ ਨੂੰ ਲੀਡਰ ਬਣਾਇਆ ਕਿਹਨੇ ਆ ਕਿਹਨੇ ਕਿਸੇ ਮੰਦਿਰ ਨੇ ਮੈਂ ਦੱਸਦਾ ਵੀ ਉੱਥੇ ਮਹਾਦੇਵ ਮੰਦਿਰ ਅਸੀਂ ਬਹੁਤ ਮੰਨਦੇ ਸਾਰੇ ਮੰਨਦੇ ਅਸੀਂ ਹਨਾ ਬਹੁਤ ਇਤਿਹਾਸਿਕ ਮੰਦਿਰ ਆ ਮਹਾਦੇਵ ਮੰਦਿਰ ਠੀਕ ਆ ਸਾਡਾ ਉਹਨਾਂ ਨਾਲ ਬਹੁਤ ਪਿਆਰ ਆ ਅਸੀਂ ਜਾਣੇ ਆਨੇ ਰਹਿੰਦੇ ਅਸੀਂ ਗੁਰਦੁਆਰੇ ਵੀ ਜਾਂਦੇ ਮੰਦਿਰ ਵੀ ਜਾਂਦੇ ਸਾਰੇ ਕਿਤੇ ਜਾਵਾਂਗੇ ਸਾਡੀ ਭਾਈਚਾਰਕ ਸਾਂਝ ਅੱਜ ਤੱਕ ਉਹਨਾਂ ਦੇ ਮੂੰਹ ਤੋਂ ਕਦੀ ਅਸੀਂ ਉਹਦਾ ਨਾਮ ਨਹੀਂ ਸੁਣਿਆ ਜੇ ਕੋਈ ਉਹ ਇੰਨਾ ਹੀ ਵਧੀਆ ਹੋਵੇ ਤਾਂ ਉਹਨੂੰ ਬੁਲਾ ਕੇ ਸਨਮਾਨਤ ਨਾ ਕਰਨ ਜਿਵੇਂ ਬਾਕੀ ਵਧੀਆ ਸ਼ਖਸੀਅਤਾਂ ਨੇ ਹਿੰਦੂ ਧਰਮ ਚ ਕਿੰਨੇ ਵਧੀਆ ਬੰਦੇ ਨੇ ਹਨਾ ਕਿੰਨੀਆਂ ਸ਼ਖਸੀਅਤਾਂ ਨੇ ਕਦੀ ਕਿਹਾ ਉਹਨਾਂ ਨੇ ਵੀ ਆਹ ਬੰਦਾ ਸਾਡਾ ਜਾਂ ਅਸੀਂ ਅਥੋਰਾਈਜ਼ ਦੇਖਦੇ ਹਾਂ ਬਸ ਇਹ ਆਪਣੇ 2-4 ਬੰਦੇ ਸਿੱਖਾਂ ਚ ਵੀ ਹੈਗੇ ਨੇ ਹਿੰਦੂਆਂ ਚ ਵੀ ਹੈਗੇ ਜਿਹੜੇ ਭੜਕਾਉਣ ਤੋਂ ਬਾਅਦ ਕਹਿਣ ਦੇ ਆਪਣੇ ਵਿਊਜ਼ ਲੈਂਦੇ ਹਾਈਪ ਕ੍ਰੀਏਟ ਕਰਦੇ ਆ ਵੀ ਸਾਡੀ ਅਟ੍ਰੈਕਸ਼ਨ ਰਹੇ ਕਰਨਾ ਕਰਾਉਣਾ ਕੁਛ ਨੀ ਕੋਈ ਕਿਸੇ ਦਾ ਭਲਾ ਕਰਿਆ ਹੋਵੇ ਕੋਈ ਸੇਵਾ ਕਰੀ ਹੋਵੇ ਕੋਈ ਇਲਾਜ ਕਰਾਇਆ ਹੋਵੇ ਕੋਈ ਰਾਸ਼ਨ ਦਿੱਤਾ ਹੋਵੇ ਜਿਹੜਾ ਬੰਦਾ ਬਾਰ ਬਾਰ ਬੋਲਣ ਦੀ ਵੀਡੀਓ ਪਾ ਸਕਦਾ ਜੇ ਉਹ ਕਿਸੇ ਦੀ ਹੈਲਪ ਕਰੂ ਉਹ ਵੀਡੀਓ ਨੀ ਪਾਊਗਾ ਤੁਸੀਂ ਦੱਸੋ ਕੋਈ ਪਾਊਗਾ ਪਾਊਗਾ ਨਾ ਕੋਈ ਕਰਿਆ ਹੋਊਗਾ ਤਾਂ ਹੀ ਪਾਊਗਾ ਗਊ ਮਾਤਾ ਕਹਿੰਦੇ ਨੇ ਹਨਾ ਗਊ ਮਾਤਾ ਨੂੰ ਮੰਨਦੇ ਨੇ ਗਊ ਮਾਤਾ ਨੂੰ ਕਿਸੇ ਕਿੰਨੀਆਂ ਸੜਕ ਤੇ ਲਵਾਰਸ ਫਿਰਦੀਆਂ ਉਹ ਵੀ ਛੱਡੋ 50 ਲਿਆ ਕੇ ਰੱਖਣ ਸਾਰਿਆਂ ਤੋਂ ਯੋਗਦਾਨ ਲੈਣ ਕਰਨ ਜਿਹੜੇ ਕਰਦੇ ਨੇ ਉਹ ਦੱਸਦੇ ਥੋੜੀ ਨੇ ਜਿਹੜੇ ਦਿਲੋਂ ਕਰਦੇ ਉਰੇ ਗਊਸ਼ਾਲਾ ਜਿਹੜੇ ਦਿਲੋਂ ਮਿਹਨਤ ਕਰਦੇ ਨੇ ਜੁੜੇ ਹੋਏ ਨੇ ਉਹ ਦੱਸਦੇ ਥੋੜੀ ਨੇ ਇਹਨਾਂ ਨੇ ਬਸ ਆਪਾਂ ਨੂੰ ਲੜਾਉਣਾ ਹੁੰਦਾ ਇਹਦੇ ਤੋਂ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਅੰਮ੍ਰਿਤਪਾਲ ਜੀ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ ਪੰਜਾਬ ਵਿੱਚ ਇੱਕ ਨਵੀਂ ਉਹਨਾਂ ਨੇ ਲਹਿਰ ਉੱਠ ਖੜੀ ਹਨਾ ਅੰਮ੍ਰਿਤ ਸੰਚਾਰ ਹੋ ਰਿਹਾ ਕਿਵੇਂ ਦੇਖਦੇ ਹੋ ਉਹ ਵੀ ਮਤਲਬ ਹਜਮ ਨਹੀਂ ਆ ਰਿਹਾ ਬਹੁਤ ਜਗ੍ਹਾ ਤੇ ਹਨਾ ਮੈਂ ਤੁਹਾਨੂੰ ਅੰਮ੍ਰਿਤਪਾਲ ਬਾਰੇ ਵਿਚਾਰ ਦੱਸਦਾ ਉਦਣ ਵੀ 2 ਗੱਲਾਂ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਦੇਖੋ ਤੁਹਾਡੇ ਘਰ ਦੇ ਨੇ ਤੁਹਾਨੂੰ ਪਰਵਰਿਸ਼ ਕਰਦੇ ਨੇ ਵਧੀਆ ਤਰੀਕੇ ਨਾਲ ਤੁਹਾਨੂੰ ਆਪਣਾ ਸਮਝ ਕੇ ਤੁਹਾਨੂੰ ਕਹਿੰਦੇ ਫਿੱਟ ਰਹੋ ਸੁਚੇਤ ਰਹੋ ਜੇ ਕੋਈ ਅਲੱਗ ਹਮਲਾ ਕਰਦਾ ਜਾਂ ਤੁਸੀਂ ਫਿੱਟ ਫਾਈਨ ਰਹੋ ਕਹਿਣ ਦਾ ਮਤਲਬ ਵੀ ਕਾਮਯਾਬ ਰਹੋ ਠੀਕ ਹੈ ਉਹੀ ਆਪਣੇ ਬੰਦੇ ਨੂੰ ਕਹਿ ਰਿਹਾ ਅੰਮ੍ਰਿਤ ਛਕੋ ਸਹੀ ਹੋ ਆਣਾ ਸਿੰਘ ਸਜੋ ਨਸ਼ਿਆਂ ਤੋਂ ਰਹਿਤ ਰਹੋ ਹਥਿਆਰਬੰਦ ਹੋਵੋ ਹਥਿਆਰਬੰਦ ਕਾਹਤੇ ਹੋਵੋ ਕਿਸੇ ਦੀ ਰਕਸ਼ਾ ਲਈ ਉਹ ਇਹ ਵੀ ਨਾਲ ਕਹਿ ਰਿਹਾ ਵੀ ਕਿਸੇ ਨਾਲ ਗੁੰਡਾਗਰਦੀ ਨਹੀਂ ਕਰਨੀ ਕਿਸੇ ਦੀ ਧੀ ਭੈਣ ਨਹੀਂ ਛੇੜਨੀ ਕਿਸੇ ਨੇ ਆਪਣਾ ਪਰਸਨਲ ਰੰਜਿਸ਼ ਨਹੀਂ ਕੱਢਣੀ ਹੈਗੀ ਇਹੀ ਕਹਿ ਰਹੇ ਨੇ ਨਾ ਜਿੱਦਣ ਉਹ ਕਹਿ ਦੇਣਗੇ ਵੀ ਹਿੰਦੂਆਂ ਤੋਂ ਅਲੱਗ ਹੋਣਾ ਜਾਂ ਇੱਕ ਵੀ ਬਿਆਨ ਖਿਲਾਫ ਦਵਾ ਦਿਓ ਠੀਕ ਹੈ ਫਿਰ ਅਸੀਂ ਵੀ ਵਿਰੋਧ ਕਰਾਂਗੇ ਦੋਨੇ ਪਾਸੇ ਕੰਮ ਹੈ ਜੀ ਆਪਣੇ ਜਿਵੇਂ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਨਸ਼ਿਆਂ ਦਾ ਤੁਸੀਂ ਵੀ ਇਹ ਦਲਦਲ ਚੋਂ ਨਿਕਲੇ ਹੋ ਹਨਾ ਦੇਖ ਲਓ ਹੁਣ ਤੁਸੀਂ ਕਿੱਦਾਂ ਰੂਪ ਚੇਂਜ ਕਰਕੇ ਆਪਣਾ ਇੱਕ ਲੋਕਾਂ ਨੂੰ ਸਿੱਖਿਆ ਦੇ ਰਹੇ ਹੋ ਹਨਾ ਤੇ ਕੀ ਲੱਗਦਾ ਪੰਜਾਬ ਦੇ ਨੌਜਵਾਨ ਜਿਹੜੇ ਵੀਡੀਓ ਦੇਖਦੇ ਹੋਣਗੇ ਕਿਵੇਂ ਯਾਰ ਉਹ ਕਿਉਂ ਆਪਣੀ ਜਵਾਨੀ ਖਰਾਬ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਸੁਨੇਹਾ ਦਿਓ ਜਿਹੜਾ ਵੀਰੇ ਸਾਰੇ ਚਿੱਟਾ ਕਹਿੰਦੇ ਇਹ ਤਾਂ ਕਦੀ ਬੰਦੇ ਨਹੀਂ ਹੋਣਾ ਪਹਿਲੀ ਗੱਲ ਹੈ ਕਿਉਂਕਿ ਈਜ਼ੀ ਮਨੀ ਆ ਤੁਹਾਡੀ ਗੱਲ ਬਿਲਕੁਲ ਸਹੀ ਆ ਮੈਂ ਥੋੜੀ ਜਿਹੜੇ ਮੇਰੇ ਸਰਕਲ ਵਿੱਚ ਮੈਂ ਵੀ ਵੀਡੀਓ ਕਰਦਾ ਰਹਿੰਦਾ ਚਲੋ ਵੀਰੇ ਛੱਡੋ ਉਹ ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਯਾਰ ਵੀ ਚਿੱਟਾ ਖਤਮ ਹੋਊਗਾ ਉਹ ਕਹਿੰਦੇ ਚਿੱਟਾ ਵੀਰੇ ਖਤਮ ਨਹੀਂ ਹੋਣਾ ਪੰਜਾਬ 'ਚ ਉਹ ਐਂ ਕਹਿੰਦੇ ਨੇ ਇਹ ਗੱਲ ਕੀ ਆ ਇਹ ਜੇ ਕਿਸੇ ਨੂੰ ਸਾਨੂੰ 100 ਰੁਪਏ ਜੁੱਤੀ ਮਗਰ ਬਚਣਾ ਸੀ ਉਹ ਨਹੀਂ ਵਿੱਚ ਨੂੰ ਹਟਦੇ ਜਿਹਦੀ 200% ਕਮਾਈ ਉਹ ਕਿਵੇਂ ਅਗਲਾ ਛੱਡ ਦੂਗਾ ਈਜ਼ੀ ਮਨੀ ਆ ਅੱਛਾ ਈਜ਼ੀ ਮਨੀ ਆ ਉਹ ਫਿਰ ਅਗਲਾ ਕਿਵੇਂ ਛੱਡ ਦੂਗਾ ਨਾ ਉਹ ਸਰਕਾਰਾਂ ਬੰਦ ਕਰਾ ਸਕਦੇ ਨਾ ਪੁਲਿਸ ਕਰਾ ਸਕਦੀ ਬੰਦ ਜੀ ਉਹਦਾ ਫਿਰ ਕੀ ਨੌਜਵਾਨ ਨੂੰ ਸੁਚੇਤ ਹੋਣਾ ਹੈਗਾ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਜੇ ਮੰਨ ਲਓ 10 ਮੁੰਡੇ ਰਲ ਕੇ ਇੱਕ ਨੂੰ ਵੀ ਸੁਧਾਰਨ ਬਹੁਤ ਵਧੀਆ ਪਹਿਲ ਕਰਨ ਇੱਕ ਮਹੱਲੇ ਲੈਵਲ ਤੋਂ ਸ਼ੁਰੂ ਕਰਕੇ ਠੀਕ ਹੈ ਸ਼ਹਿਰਦਾਰੀ ਤੱਕ ਆਪਾਂ ਪਹੁੰਚੀਏ ਜੇ ਅਸੀਂ ਸ਼ੁਰੂ ਹੋਏ ਹੋਏ ਆ ਵੀਰੇ 11 ਮੁੰਡੇ ਚਿੱਟੇ ਤੋਂ ਹਟਾਏ ਅਸੀਂ ਹਨਾ ਅੱਜ ਵੀ ਅਸੀਂ ਇੱਕ ਸੈਂਟਰ ਉੱਤੇ ਕਰਕੇ ਆਏ ਹਾਂ ਜਿਵੇਂ ਮੰਨ ਲਓ ਆਮ ਸੈਂਟਰ ਨੇ ਸੈਂਟਰਾਂ 'ਚ ਵੀ ਹਨਾ ਭ੍ਰਿਸ਼ਟਾਚਾਰ ਹੋਣ ਲੱਗਾ 20,000 ਮੰਗਦੇ ਨੇ ਡਿਸਚਾਰਜ ਕਰਨ ਦੇ ਬਹਾਨੇ ਵੀ ਜਦ ਉਹਨਾਂ ਨੇ ਮਰੀਜ਼ ਨੂੰ ਲੈ ਕੇ ਜਾਣਾ ਉਹਦਾ ਮਤਲਬ ਕਹਿਣ ਦਾ 18,000-20,000 ਰੁਪਏ ਮੰਗਣ ਲੱਗ ਪੈਂਦੇ ਨੇ ਯਾਨੀ ਕਿ ਪਹਿਲਾਂ 10,000 ਰੁਪਏ ਕਹਿੰਦੇ ਨੇ ਅਸੀਂ ਘੱਟ ਤੋਂ ਘੱਟ ਪੈਸਿਆਂ 'ਚ ਮੇਰਾ ਸੈਂਟਰ 'ਚ ਕੋਈ ਰੋਲ ਨਹੀਂ ਮੇਰਾ ਕੋਈ ਹਿੱਸਾ ਨਹੀਂ ਪਰ ਉਹ ਆਪਣੇ ਕਹਿਣ 'ਤੇ ਚੱਲਦੇ ਨੇ ਠੀਕ ਹੈ ਉਹ 8,000-5,000-10,000 'ਚ ਸੇਵਾ ਕਰਨ ਨੂੰ ਤਿਆਰ ਏਦਾਂ ਕਰਕੇ ਉਪਰਾਲੇ ਕਰਨੇ ਚਾਹੀਦੇ ਅਗਲੇ ਦਾ ਵੀ ਖਰਚਾ ਚੱਲਦਾ ਰਹੇ ਤੇ ਮੁੰਡੇ ਵੀ ਸੁਧਰਦੇ ਰਹਿਣ ਜਿਹੜਾ ਦਿਲੋਂ ਮੈਂ ਹੁਣ ਵੀ ਵੀਡੀਓ ਰਾਹੀਂ ਮੈਸੇਜ ਦੇਣਾ ਚਾਹੁੰਦਾ ਜਿਹੜਾ ਦਿਲੋਂ ਚਿੱਟਾ ਛੱਡਣਾ ਚਾਹੁੰਦਾ ਮੇਰੇ ਕਹੇ ਤੇ 5 ਦਿਨ ਦਵਾਈ ਖਾ
ਨਾਰਮਲ ਦਵਾਈ ਆ। ਅੱਛਾ, ਜੇ ਪੂਰਾ 21 ਦਿਨਾਂ ਦਾ ਕੋਰਸ ਵੀ ਕਰਵਾ ਦਈਏ ਅਗਲੇ ਨੂੰ ਪੂਰਾ, ਜਿਹੜਾ 6 ਟੀਕੇ ਵੀ ਲਾਉਂਦਾ ਹੋਵੇ ਦਿਨ ਚ, ਵੱਧ ਤੋਂ ਵੱਧ 7500 ਦੀ ਦਵਾਈ ਆ, ਉਹ ਆਪਣੇ ਕਹੇ ਤੇ 10% ਹੋਰ ਲੈਸ ਕਰ ਦਿੰਦਾ। ਉਹਦੀ ਤਾਂ ਦੁਕਾਨਦਾਰੀ ਆ ਨਾ, ਦੇਖੋ ਮੇਰਾ ਉਹਦੇ ਨਾਲ ਕੋਈ ਹਿੱਸਾ ਨੀ, ਪਰ ਅਸੀਂ 5-6 ਮੁੰਡਿਆਂ ਨੂੰ ਦਵਾਈਆਂ ਦਵਾ ਕੇ ਦੇਖਿਆ, ਕੋਈ ਕੰਮ ਨੀ ਕਰੀ, ਉਹਦੀ ਦਵਾਈ ਕੰਮ ਕਰ ਗਈ, ਅਸੀਂ ਉਹਦਾ ਕਾਰਡ ਪਾਤਾ। ਹੁਣ ਮਤਲਬ ਕਹਿਣ ਦਾ 30 ਬੰਦਿਆਂ ਨੇ ਉਹਦੀ ਦਵਾਈ ਲਈ ਹੋਈ ਆ, ਤੀਜੇ ਚੌਥੇ ਦਿਨ ਪਤਾ ਲੱਗ ਜਾਂਦਾ, ਕੋਈ ਤੋੜ ਨੀ ਲੱਗਦੀ। ਤੁਸੀਂ ਸੰਤਾਂ ਨੂੰ ਆਪਣਾ ਦਰਸ਼ ਮੰਨਦੇ, ਸੰਤ ਪਿੰਡਾਂ ਵਾਲੇ ਹੋ ਨਾ, ਪਰ ਬਹੁਤ ਸਾਰੇ ਮੈਂ ਦੇਖਿਆ ਸੋਸ਼ਲ ਮੀਡੀਆ ਦੇਖ ਲਓ, ਕਹਿੰਦੇ ਵੀ ਸੰਤਾਂ ਨੂੰ ਅੱਤਵਾਦੀ ਵੱਖਵਾਦੀ ਕਹਿੰਦੇ ਨੇ, ਹੈ ਨਾ, ਵੀ ਇਹਨਾਂ ਨੇ ਫੁੱਟ ਪਾਈ, ਬਹੁਤ ਕੁਛ ਚੱਲਦਾ ਸੋਸ਼ਲ ਮੀਡੀਆ 'ਤੇ। ਕੀ ਤੁਹਾਨੂੰ ਲੱਗਦਾ ਨਹੀਂ ਵੀ ਕਦੇ ਵੀ ਗਾਹਕ ਨਾ ਘੱਟਦਾ ਜਾਂ ਕੁਛ ਇੱਦਾਂ ਕੁਛ ਲੱਗਿਆ? ਤੁਸੀਂ ਮੰਨੋਗੇ ਵੀ ਇੱਥੇ ਮੈਂ ਪਹਿਲਾਂ ਵੀ ਕਹਿਣਾ ਸੀਗਾ ਵੀ ਇੱਥੇ 80% ਹਿੰਦੂ ਕਮਿਊਨਿਟੀ ਆ, 20% ਅਸੀਂ ਆ, ਮੇਰਾ ਇੰਨਾ ਕੁ ਪਿਆਰ ਆ ਸਾਰਿਆਂ ਨਾਲ ਬਹੁਤ ਜ਼ਿਆਦਾ। ਦੂਜੀ ਗੱਲ ਜੇ ਅਸੀਂ ਉਹ ਸੰਤਾਂ ਨੂੰ ਮਾਏ ਦੇਖ ਕੇ ਡਰਨ ਜਾਂ ਇਗਨੋਰ ਕਰਨ, ਹੈ ਨਾ, ਮਤਲਬ ਕੋਈ ਆਵੇ ਮੇਰੇ ਨਾਲ, ਮੇਰਾ ਇੰਨਾ ਕੁ ਲੈਵਲ ਆ, ਮੇਰੇ ਅਮਿਤ ਅਰੋੜਾ ਵਾਲੇ ਜਵਾਬ ਉਹ ਦੇਣ ਲੱਗੇ ਹੋਏ ਨੇ ਵੀਡੀਓ ਥੱਲੇ, ਹਿੰਦੂ ਹਿੰਦੂ ਨੂੰ ਜਵਾਬ ਦੇਣ ਲੱਗਿਆ ਵੀ ਸਾਡਾ ਭਾਈ ਆ ਇਹ, ਜਿੱਥੇ ਟਾਈਮ ਆਇਆ ਖੜਾਂਗੇ। ਦੂਜੀ ਗੱਲ ਵੀ ਜਦੋਂ ਸੰਤਾਂ ਨੇ ਇੰਨੇ ਕੁ ਐਗਜ਼ਾਮਪਲਾਂ ਨੇ, ਉਹ 'ਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਮੇਨ ਦੱਸਦਾ। ਦਰਬਾਰ ਸਾਹਿਬ ਵਾਲੇ ਦੁਆਲੇ ਕਿਸੇ ਦੁਕਾਨ ਤੇ ਹਿੰਦੂ ਦੇ ਅੱਗ ਲਾਤੀ, ਅੱਗ ਲਾਤੀ, ਉਹ ਸੰਤਾਂ ਕੋਲ ਆਇਆ, ਸੰਤਾਂ ਨੇ ਉਹਨਾਂ ਦੇ ਸਾਰਾ ਦੁਕਾਨ ਦਾ ਖਰਚਾ ਚੱਕ ਕੇ ਉਹਦਾ ਦੁਬਾਰਾ ਮਾਲ ਪਵਾਇਆ। ਸੰਤਾਂ ਨੂੰ ਜੇਲ੍ਹ ਜਾਣਾ ਪਿਆ ਕਿਸੇ ਕਾਰਨ, ਮਤਲਬ ਕੋਈ ਐਵੇਂ ਆ ਨਾ, ਉਹਦੇ ਮਤਲਬ ਕਹਿਣ ਦਾ ਵੀ ਅੰਦਰ ਉਹਨਾਂ ਨੇ ਮੰਦਿਰ ਦਾ ਕੇਸ ਲੜਿਆ, ਕਿਸੇ ਨੇ ਮੰਦਿਰ ਜਾਲਤਾ ਸੀ। ਇਦੋਂ ਵੱਧ ਕੀ ਹੋ ਸਕਦਾ ਯਾਰ, ਕਿਉਂ ਪਤਾ ਵਿਰੁੱਧ ਸਮਝਣਾ? ਇਹਨਾਂ ਨੇ ਕਦੀ ਹਿੰਦੂਆਂ ਦੇ ਉਲਟ ਬਿਆਨ ਦੱਸਿਆ ਦਿੱਤਾ? ਦੱਸੋ, ਜਦੋਂ ਮੌਕੇ ਦੀ ਗੱਲ ਸੀ ਉਹ ਅਲੱਗ ਸੀ, ਅੱਜ ਅਸੀਂ ਇਹਨਾਂ ਨੂੰ ਮੰਨਦੇ ਹਾਂ, ਇਹਨਾਂ ਦੇ ਰਾਹ ਤੇ ਚੱਲ ਰਹੇ ਹਾਂ, ਠੀਕ ਹੈ, ਤਾਂ ਵੀ ਅਸੀਂ ਹਿੰਦੂ ਸਿੱਖਾਂ ਦੀ ਏਕਤਾ ਦੀ ਗੱਲ ਕਰੀ ਦੀ ਹੈ ਵੀ ਆ 2-4 ਪਿੱਛੇ ਨਾ ਲੜੋ, ਆਪਣਾ ਭਾਈਚਾਰਾ ਖਰਾਬ ਨਾ ਕਰੋ, ਇਹਨੂੰ ਦੁਆਰੇ 83 ਵੱਲ ਨਾ ਤੱਕੋ, ਠੀਕ ਹੈ। ਜਿਹੜੇ ਮਾੜਾ ਮੋਟਾ ਗਲਤੀਆਂ ਭਾਜੀ ਸਾਰਿਆਂ 'ਚ ਹੁੰਦੀਆਂ, ਪਰ ਭੰਡਣਾ ਬਹੁਤ ਸੌਖਾ, ਐਪਰੀਸ਼ੀਏਟ ਕਰਨਾ ਬਹੁਤ ਔਖਾ। ਸੋ ਬਹੁਤ ਬਹੁਤ ਧੰਨਵਾਦ ਵੀਰੇ, ਵੀਰੇ ਦੀ ਬਿਲਕੁਲ ਗੱਲ ਸਹੀ ਆ, ਸੰਤਾਂ ਨੂੰ ਆਦਰਸ਼ ਮੰਨਦੇ, ਅਸੀਂ ਮੰਨਦੇ ਹਾਂ, ਹੈ ਨਾ, ਤੇ ਬਿਲਕੁਲ ਕਿਸੇ ਦੀ ਆਲੋਚਨਾ ਕਰਨੀ, ਭੰਡਣਾ ਬਹੁਤ ਸੌਖਾ, ਪਰ ਕੋਈ ਪ੍ਰੂਫ ਕਦੇ ਮਤਲਬ ਇਸ ਗੱਲ ਸਾਡੇ ਸਾਹਮਣੇ ਤਾਂ ਕਦੇ ਆਇਆ ਨਹੀਂ, ਕਦੇ ਵੀ ਸੰਤਾਂ ਦੇ ਇੱਕ ਵੀ ਕੇਸ ਕੱਢ ਕੇ ਦਿਖਾ ਦੋ ਵੀ ਇੱਥੇ ਆ ਇੱਕ ਕੇਸ। ਜੇ ਕੋਈ ਬੰਦਾ ਏਡਾ ਹੀ ਅਪਰਾਧੀ ਹੋਵੇ, ਏਡਾ ਹੀ, ਹਨਾ, ਮਾਰਨ ਕੁੱਟਣ ਵਾਲਾ ਹੋਵੇ, ਠੀਕ ਹੈ, ਇੱਕ ਜੁਰਤ ਅਲੱਗ ਹੈ, ਫੁਕਰੀ ਅਲੱਗ ਹੁੰਦੀ ਹੈ, ਮਤਲਬ ਜੁਰਤ ਸੀ, ਅਸੀਂ ਜੁਰਤ ਪਿੱਛੇ ਕੱਢਦੇ ਹਾਂ, ਇੱਕ ਵੀ ਕੇਸ ਨਹੀਂ ਪੂਰੇ ਪੰਜਾਬ ਇੰਡੀਆ 'ਚ ਸੰਤਾਂ ਦੇ ਖਿਲਾਫ। ਬਿਲਕੁਲ ਸਹੀ ਗੱਲ ਆ, ਸੋ ਸਾਨੂੰ ਭਰਾਵੋ ਜਾਗਣਾ ਚਾਹੀਦਾ, ਸਾਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਪੈਣਾ। ਸੋ ਹਨੀ ਸੇਠੀ ਵੀਰੇ ਨਾਲ ਲਗਾਤਾਰ ਇੱਦਾਂ ਹੀ ਕੋਈ ਵਿਸ਼ਿਆਂ ਦੇ ਉੱਪਰ ਪੰਜਾਬ ਦੇ ਬਿਹਤਰੀ ਦੇ ਲਈ ਵੀਰੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਵੀਡੀਓ ਨੂੰ ਇਸ ਨੂੰ ਜ਼ਰੂਰ ਸ਼ੇਅਰ ਕਰਿਓ, ਤੁਸੀਂ ਜੁੜੇ ਸੀ ਇੱਕ ਯਾਦ ਸੋਚਣਾ, ਮੈਂ ਤੁਹਾਡਾ ਪਰਵਿੰਦਰ ਵਾਲਾ, ਧੰਨਵਾਦ।